ਲੱਗਦਾ ਜਾਂ ਨਹੀਂ ਲੱਗਦਾ ਵਾਹਿਗੁਰੂ ਜੀ ਅਸੀਂ ਅੱਜ ਜੋ ਚੀਜ਼ ਜੋ ਪ੍ਰਕਰਣ ਲਿਆ ਹੈ ਕਿ ਉਹ ਮੁਗਲ ਉਹ ਅਲੀ ਬੇਗ ਸਿਕਦਾਰ ਪਠਾਨ ਉਥੋਂ ਦੇ ਜਿਤਨੇ ਸਾਧ ਸੰਗਤ ਮੁਗਲ ਹਰ ਐਤਵਾਰ ਜੋੜ ਮੇਲੇ ਵਿੱਚ ਪਹੁੰਚਦੇ ਨੇ ਤੇ ਝੋਲੀ ਕਿਹਦੇ ਅੱਗੇ ਅੜਦੇ ਨੇ ਗੁਰੂ ਨਾਨਕ ਮਹਾਰਾਜ ਗੁਰੂ ਨਾਨਕ ਮਹਾਰਾਜ ਅਸੀਂ ਪ੍ਰਸ਼ਾਦ ਲੈ ਕੇ ਆਏ ਹਾਂ ਤੇਰੇ ਚਰਨਾਂ 'ਚ ਅਰਦਾਸ ਕਰਨ ਆਏ ਹਾਂ ਅਸੀਂ ਵੀ ਤੇਰੇ ਮੰਗਦੇ ਹਾਂ ਕਿੱਥੇ ਦੱਸੋ ਹੁਣ ਸਾਡੀ ਸੋਚ ਇੱਥੋਂ ਤੱਕ ਹੁੰਦੀ ਗੁਰੂ ਨਾਨਕ ਸਾਡਾ ਹੀ ਹੈ ਕਿੱਥੇ ਵੇਖੋ ਕਾਬਲ ਤੋਂ ਨੌ ਕੁ ਅਸਕਰਾ ਪਹਾੜੀ ਸਾਧ ਸੰਗਤ ਉੱਥੇ ਹਰ ਐਤਵਾਰ ਹਜ਼ਾਰਾਂ ਸਰੀਰ ਜੁੜਦੇ ਨੇ ਤੇ ਗੁਰੂ ਨਾਨਕ ਦੇ ਮੰਗਤੇ ਬਣ ਕੇ ਉਹਨਾਂ ਦੇ ਚਰਨਾਂ 'ਚ ਝੋਲੀਆਂ ਭਰਦੇ ਹੁਣ ਇੱਕ ਵਾਰੀ ਅੰਦਰੋਂ ਜੇ ਦੋ ਤਿੰਨ ਮਿੰਟ ਹੋਰ ਸਮਾਂ ਹੋਵੇ ਤੇ ਸਹਿਯੋਗ ਬਖਸ਼ਿਓ ਮੇਰਾ ਮਨ ਕਰਦਾ ਸੁਥਰੇ ਵੀ ਤੈਨੂੰ ਗਾ ਰਹੇ ਦੋ ਤਿੰਨ ਮਿੰਟ ਦਾ ਜ਼ਿਕਰ ਹੈ ਉਹ ਵੀ ਆਪਾਂ ਗੁਰੂ ਸਾਹਿਬ ਅੱਜ ਦੇ ਦੀਵਾਨ ਜੀ ਉਹਦੀ ਸੇਵਾ ਲੈਣ ਇਹ ਸੁਥਰਿਆਂ ਦੀ ਵੀ ਕਿੰਨੀ ਗਿਣਤੀ ਹੈ ਤੇ ਉਹ ਵੀ ਗੁਰੂ ਨਾਨਕ ਦੇ ਆਸ਼ਕ ਨੇ ਕਿਹੜੀ ਜਗ੍ਹਾ ਤੇ ਨੇ ਕਿਹੜੇ ਸਥਾਨ ਤੇ ਨੇ ਕੀ ਉੱਥੇ ਵਾਪਰਿਆ ਤੇ ਅੱਜ ਵੀ ਕੀ ਪੜ੍ਹਦੇ ਨੇ ਆਪੋ ਸਾਧਨਾ ਦੋ ਕੁ ਮਿੰਟ ਢਾਈ ਮਿੰਟ ਸਰ ਇਸ਼ਾਰਾ ਸਹਿਯੋਗ ਦੇਣਾ ਪਿਆਰ ਨਾਲ ਪੜਿਓ ਜੀ ਸਾਰੇ ਜੀ ਫਕੀਰ ਵੀ ਵਲੀ ਵੀ ਪੈਗੰਬਰ ਵੀ ਮੁਗਲ ਵੀ ਆਖੋ ਸਤਨਾਮ ਕੈਸਾ ਬਾਬਾ ਨਾ ਕੈਸਾ ਗਰੀਬ ਨਾ ਹੁਣ ਇਹਦੇ ਚ ਪੰਜੀ ਵਾਲੀ ਗੱਲ ਨੂੰ ਨਾ ਲੈਣਾ ਉੱਥੇ ਪ੍ਰਸ਼ਾਦ ਨੂੰ ਲੱਗਦਾ ਨਹੀਂ ਲੱਗਦਾ ਮੈਂ ਸਿਰਫ ਜਿਹਨਾਂ ਨੇ ਜੋ ਲਿਖਿਆ ਹਿੰਟ ਦਿੱਤੇ ਨੇ ਸਾਡਾ ਜਿਹੜਾ ਵਿਸ਼ਾ ਚੱਲ ਰਿਹਾ ਨਾ ਕਿ ਜੈ ਜੈਕਾਰ ਕਰੇ ਕੌਣ ਵੇਖੋ ਤੈਨੂੰ ਗਰੀਬ ਨਿਵਾਜ ਧਿਆ ਰਿਹਾ ਹੁਣ ਜਰਾ ਬਿਰਤੀ ਲੈ ਜਾਓ ਸੁਲਤਾਨਪੁਰ ਲੋਧੀ ਜਦੋਂ ਸੁਲਤਾਨਪੁਰ ਲੋਧੀ ਦਾ ਨਾਂ ਆਵੇ ਤੇ ਤੁਹਾਨੂੰ ਫਿਰ ਯਾਦ ਆਉਂਦੀ ਹੈ ਬੇਬੇ ਨਾਨਕੀ ਬੇਬੇ ਜੀ ਗੁਰੂ ਨਾਨਕ ਸਾਹਿਬ ਬੇਬੇ ਕਹਿੰਦੇ ਸਤਿਕਾਰ ਵਾਲਾ ਲੱਗ ਸੁਲਤਾਨਪੁਰ ਲੋਧੀ ਤੋਂ ਲਿਖਿਆ ਬਿਆਸ ਬਿਆਸ ਤੋਂ ਵੈਰੋਵਾਲ ਵੈਰੋਵਾਲ ਤੋਂ ਜਲਾਲਾਬਾਦ ਕਿਤੇ ਕਿਤੇ ਬਾਬਾ ਗਿਆ ਸਾਡਾ ਜਲਾਲਾਬਾਦ ਤੋਂ ਇੱਕ ਸਥਾਨ ਹੈ ਜਿਹਦਾ ਨਾਂ ਲਿਖਿਆ ਕੀੜੀਆ ਪਠਾਨ ਕਹਿੰਦੇ ਮਹਾਰਾਜ ਉੱਥੇ ਗਏ ਤੇ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਰਬਾਬ ਛੇੜ ਬਾਣੀ ਕੀਰਤਨ ਇਹ ਭਾਈ ਵੀਰ ਸਿੰਘ ਜੀ ਨੇ ਲਿਖਿਆ ਇਹ ਤੁਸੀਂ ਕਈ ਵਾਰੀ ਸ਼ਬਦ ਪੜ੍ਹਦੇ ਹੋ ਇਹ ਉੱਥੇ ਉਚਾਰਿਆ ਕੀੜੀਆ ਪਠਾਨ ਜਗ੍ਹਾ ਤੇ ਸ਼ਬਦ ਸੁਣਿਓ ਮੇਰਾ ਇੱਕ ਜਿਨਕੀਆ ਤਿੰਨ ਦੇਖਿਆ ਜਦ ਭੰਗੜੇ ਲਾਇਆ ਜਿਨਕੀਆ ਤਿੰਨ ਦੇਖਿਆ ਜਦ ਭੰਗੜੇ ਲਾਇਆ ਬੋਲੋ ਭੈਣਾ ਜਿਨਕੀਆ ਜਿਨਕੀਆ ਤਿੰਨ ਦੇਖਿਆ ਜਦ ਭੰਗੜੇ ਲਾਇਆ ਜਿਨਕੀਆ
جن کیا تن دیکھیا جگ یہ شبد مارے اتے اچا کہندے جدو کیرتن دا سواں بجا سات سنگت بھائی ویر سنگھ نے لکھیا اتے ستھرے سی ستھرے تے سارے ہی مست ہو گئے سارے ہی نند چ سارے ہی سات سنگت چک گئے وک گئے اور بھائی ویر سنگھ نے لکھا کہندے اوتھے بھی گرو نانک دے کرپا نال ست نام دا چکر چولیا اور بھائی ویر سنگھ اگے لفظ لکھا سارے ستھرے مرید ہوئے گرو نانک دے مرید بنے اور کمال کرا انہاں دی محنت نو میں ہن اے دھارنا نہ سمجھو انہوں نے ایک اپنا پیار لکھا ہے بھائی ویر سنگھ لکھتے کہندے لیندے والے بننے او ستھریاں وچوں جو کچھ بھی اج ترے آ رہے نے تے اج بھی گرو نانک اگے جھولی اڈدے ہے گرو نانک کولوں داتاں منگدے ہے گرو نانک دے منگتے بندے ہے تے بھائی ویر سنگھ جی نے دو لائناں لکھی ہیں کہندے کیڑیا پٹھان کے لیندے والے بننے ستھریا وچ اج وی یہ دو لائناں بول دے ہیں او میں دو لائناں گا کے بولن لگا اینو دھارنا نہ سمجھو او ستھرے اس لائناں دے نال اج وی گرو نانک نو انج یاد کر رہے ہیں ہر دم نانک شاہ ستھرے گاندے جی اج تک اتنے بھائی ویر سنگھ لکھے ہر دم نانک شاہ دھرم دا بیڑا بننے لاوے جی ہر دم نانک شاہ آج ساری سنگت ارداس کر کے جائیو اے پرکرن دا ایکو مطلب اے ایسے جنم چ ساڈی اکھ گرو نانک نو پچھان لے تینو تبتی وی گا رہے ہن جا رہے بھی سکلی گھر بھی سکھ بھی ہندو بھی مسلمان بھی سندھی بھی غریب نواز پیر بھی فقیر بھی ولی بھی مغل بھی اولیے بھی تے اے گل اج پتہ لگی ستھرے بھی آخو ستنا جے جےکار کرے آؤ سر پہ ہاتھ رکھنا اے پرکرن دیاں سیواواں اج چوتھا پاگ